ललकरा मारते जी 20-25 बंदे की आवाज विचों आई जी, कहिंदे आ जा तैनू देख लैने जी किहड़ा तू। एक चरणजीत चन्नी जी ने एप्लीकेशन भेजी है जी जंगलात मंत्री ने जी, एक SSP साहब ने भेजी है जी एप्लीकेशन। कोई कार्रवाई नहीं हो रही जी यदि सफेदियां दे विच इन्हां ने पहला साडे नाल धक्का कीता जी, पर इन्हां दा फर्ज बनता हैगा भी अपनी मालकी जिहड़ी पंचायत दी हैगी है ਜ਼ਮੀਨ ਹੈ ਉਹ ਸਾਬਤ ਕਰਕੇ ਤੇ ਉਹਨੂੰ ਮਹਿਕਮਾਨਾ ਜਿਹੜਾ ਹੈਗਾ ਉਹ ਸਾਨੂੰ ਲਿਖ ਕੇ ਭੇਜੇ। ਜਲਾਲਾਬਾਦ ਦੇ ਪਿੰਡ ਚੰਡਵਾਲਾ ਦੇ ਵਿੱਚ ਪੰਚਾਇਤੀ ਜ਼ਮੀਨ ਦੇ ਵਿੱਚੋਂ 20 ਦੇ ਕਰੀਬ ਸਫੈਦੇ ਦੇ ਦਰਖਤ ਚੋਰੀ ਕਰਨ ਦੇ ਇਲਜ਼ਾਮ ਪਿੰਡ ਦੇ ਵਸਨੀਕਾਂ ਦੇ ਹੀ ਲੱਗੇ ਨੇ। ਜਾਣਕਾਰੀ ਦਿੰਦੇ ਹੋਏ ਮੋੜ ਭੁੱਲਰ ਤੇ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀ ਉਹਨਾਂ ਦੇ ਖੇਤ ਵਿੱਚੋਂ ਪੰਚਾਇਤੀ ਜ਼ਮੀਨ ਤੇ ਲੱਗੇ ਹੋਏ ਸਫੈਦੇ 15 ਤੋਂ 20 ਲੋਕਾਂ ਦੇ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਹੈ। ਚੋਰ ਮੌਕੇ ਤੇ ਟਰਾਲੀ ਛੱਡ ਕੇ ਫਰਾਰ ਹੋ ਗਏ ਨੇ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੁਲਿਸ ਦੇ ਉੱਚ ਅਫਸਰਾਂ, BDPO ਦਫ਼ਤਰ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਤੀ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ, ਪਰ 8 ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਪੁਲਿਸ ਨੂੰ ਵਾਰ-ਵਾਰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਸਿਆਸੀ ਦਬਾਅ ਤੇ ਚੱਲਦਿਆਂ ਕੋਈ ਕਾਰਵਾਈ ਨਹੀਂ ਹੋ ਰਹੀ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਸੁਰਿੰਦਰ ਕੁਮਾਰ ਹੈ ਜੀ। ਕੀ ਮਸਲਾ ਹੋਇਆ? ਮਸਲਾ ਹੈ ਜੀ, ਰਾਤ ਨੂੰ ਮੈਨੂੰ 8:30 ਵਜੇ ਦੇ ਕਰੀਬ ਫੋਨ ਗਿਆ ਜੀ ਪਿੰਡੋਂ, ਕਹਿੰਦੇ ਤੇਰੇ ਖੇਤ 'ਚ ਨਾ ਕੋਈ ਬੰਦੇ ਅਣਪਛਾਤੇ ਵੜੇ ਹੋਏ ਆ ਜੀ, ਤੇ ਪਤਾ ਨਹੀਂ ਕੀ ਇਹ ਖੜਕਾ ਜਿਹਾ ਆ ਰਿਹਾ ਜੀ ਉੱਥੇ ਖੇਤ ਦੇ ਵਿੱਚੋਂ, ਤੇ ਸਾਨੂੰ ਸਮਝ ਨਹੀਂ ਆ ਰਹੀ ਵੀ ਕੀ ਹੋ ਰਿਹਾ ਜੀ, ਤੇ ਮੈਂ ਉੱਥੋਂ ਜਲਦੀ ਜਲਦੀ ਕੋਸ਼ਿਸ਼ ਕੀਤੀ। ਮੇਰਾ ਖੇਤ ਘਰ ਹੈ ਜਲਾਲਾਬਾਦ ਜੀ, ਰੈਸ਼ਮੇਰ ਜਲਾਲਾਬਾਦ ਦਾ ਖੇਤ ਮੇਰਾ ਪਿੰਡ ਅਰਨੀ ਵਾਲਾ ਜੀ, ਅਤੇ 8 ਕਿਲੋਮੀਟਰ ਦਾ ਰਕਬਾ ਜੀ ਵਿੱਚੋਂ ਰਕਬਾ, ਅਤੇ 8 ਕਿਲੋਮੀਟਰ ਤਾਂ ਆਉਂਦਾ, 10-15 ਮਿੰਟ ਮੈਨੂੰ ਲੱਗ ਗਿਆ ਜੀ, 20 ਮਿੰਟ। ਜਦੋਂ ਮੈਂ ਖੇਤ ਆ ਕੇ ਵੇਖਿਆ ਜੀ ਤਾਂ ਖੜਕਾ ਜਿਹਾ ਕਾਫੀ ਹੋ ਰਿਹਾ ਸੀ ਜੀ, ਅਤੇ ਮੈਂ ਦੂਰੋਂ ਖੜ ਕੇ ਲੜਕਰਾ ਮਾਰਿਆ ਜੀ ਇੱਕ, ਅਤੇ ਉਹ ਲੜਕਰਾ ਮਾਰਦੇ ਜੀ 20-25 ਬੰਦੇ ਦੀ ਆਵਾਜ਼ ਵਿੱਚੋਂ ਆਈ ਜੀ, ਕਹਿੰਦੇ ਆ ਜਾ ਤੈਨੂੰ ਦੇਖ ਲੈਂਦੇ ਹਾਂ ਜੀ ਕਿਹੜਾ ਤੂੰ। ਮੈਂ ਤਾਂ ਖੇਤ ਦਾ ਮਾਲਕ ਹਾਂ ਅਤੇ ਤੁਸੀਂ ਕਿਹੜੇ ਹੈ? ਕਹਿੰਦੇ ਵੀ ਅਸੀਂ ਤਾਂ ਆਪਦੇ ਸਫੈਦੇ ਵੱਢੀ ਜਾਂਦੇ ਹਾਂ ਜੀ। ਮੈਂ ਸਫੈਦੇ ਤਾਂ ਸਾਡੇ ਹੀ ਸਫੈਦੇ, ਤੁਸੀਂ ਕਿਵੇਂ ਵੱਢੀ ਜਾਂਦੇ ਹਾਂ? ਕਹਿੰਦੇ ਅਸੀਂ ਸਫੈਦੇ ਸਾਡੇ ਆ, ਤੁਸੀਂ ਕਿਵੇਂ ਰੋਕ ਲਓਗੇ ਸਾਨੂੰ, ਅਸੀਂ ਲੈ ਕੇ ਜਾਣੇ ਜੀ। ਇਹ ਅਣਪਛਾਤੇ ਲੋਕ ਸੀਗੇ ਜੀ, ਪਰ ਜਦੋਂ ਕੋਲੇ ਮੈਂ ਆਇਆ ਜੀ ਤਾਂ ਫਿਰ ਮੈਨੂੰ ਪਤਾ ਲੱਗਿਆ ਜੀ ਇਹ, ਜਦੋਂ ਰੌਲਾ ਪਾਇਆ ਤਾਂ ਮੁੜ ਕੇ ਮੈਂ ਪੁਲਿਸ ਮੰਗਾ ਲਈ ਜੀ, ਪੁਲਿਸ ਨੂੰ ਵੇਖ ਕੇ ਤਾਂ ਇਹ ਭੱਜ ਗਏ ਜੀ। ਇੱਕ ਤਾਂ ਜੀ ਸੁਰਿੰਦਰ ਕੁਮਾਰ ਸੀਗਾ ਜੀ ਪੁੱਤਰ ਸੋਹਨ ਲਾਲ, ਇੱਕ ਵਿਪਨ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਹੈ ਜੀ, ਇੱਕ ਹੈਗਾ ਜੀ ਜੀਵਨ ਕੁਮਾਰ ਪੁੱਤਰ ਸੁਰਿੰਦਰ ਲਾਲ ਜੀ, ਇੱਕ ਦੌਲਤ ਰਾਮ ਜੀ ਪੁੱਤਰ ਸੋਹਨ ਲਾਲ, ਇਹ ਅਰਨੀ ਵਾਲੇ ਦੇ ਜੀ, ਅਤੇ ਇਹਨਾਂ ਨਾਲ ਹੋਰ ਵੀ ਹੈ ਜੀ ਕਾਫੀ ਹੈ ਜੀ। ਇਹ ਇੱਥੋਂ ਪੈਦਲ ਹੀ ਆਏ ਸੀ ਸਿੱਧਾ ਜੀ, ਅਤੇ ਇੱਕ ਟਰੈਕਟਰ ਟਰਾਲਾ ਲੈ ਕੇ ਆਏ ਸੀ ਨਾਲ, ਟਰੈਕਟਰ ਤਾਂ ਭਜਾ ਕੇ ਲੈ ਗਏ ਜੀ, ਟਰਾਲਾ ਇੱਥੇ ਛੱਡ ਗਏ ਜੀ, ਕੁਛ ਸੰਦ ਉਹਨਾਂ ਦੇ ਪਏ ਇੱਥੇ ਜਿਹੜੇ ਸਫੈਦੇ ਵੱਢ ਰਹੇ ਸੀ ਉਹ ਹੈ ਜੀ, ਅਤੇ ਅਸੀਂ ਮੁੜ ਕੇ ਪੁਲਿਸ ਨੂੰ ਕਾਰਵਾਈ ਕੀਤੀ ਹੈ ਜੀ, ਪੁਲਿਸ ਨੇ ਇੱਥੇ ਆਈ ਨਹੀਂ ਗੀ ਜੀ। ਸ਼ਿਕਾਇਤ ਤੁਸੀਂ ਕਿੱਥੇ ਕਿੱਥੇ ਦਿੱਤੀ ਹੈ? ਅਸੀਂ ਕੀਤੀ ਹੈ ਜੀ ਇੱਕ ਤਾਂ ਵੈਰੋ ਕੇ ਚੱਕ ਜੀ, ਇੱਕ ਚਰਨਜੀਤ ਚੰਨੀ ਜੀ ਨੂੰ ਐਪਲੀਕੇਸ਼ਨ ਭੇਜੀ ਹੈ ਜੀ ਜੰਗਲਾਤ ਮੰਤਰੀ ਨੂੰ ਜੀ, ਇੱਕ SSP ਸਾਹਿਬ ਨੂੰ ਭੇਜੀ ਹੈ ਜੀ ਐਪਲੀਕੇਸ਼ਨ, ਅਤੇ ਕੋਈ ਕਾਰਵਾਈ ਨਹੀਂ ਹੋ ਰਹੀ ਜੀ ਇਹਦੀ। 8 ਦਿਨ ਹੋ ਗਏ ਜੀ, ਕੋਈ ਕਾਰਵਾਈ ਨਹੀਂ ਕਰ ਰਹੀ ਜੀ ਪੁਲਿਸ। ਅਸੀਂ ਮੈਂ ਕਹਿੰਦੇ ਇਹਨਾਂ ਬੰਦਿਆਂ 'ਤੇ ਪਰਚਾ ਹੋਣਾ ਚਾਹੀਦਾ ਜੀ, ਇਹ ਪੰਚਾਇਤੀ ਸਫੈਦੇ ਆ ਜੀ, ਕੋਈ ਵੱਕਫ ਬੋਰਡ ਦੀ ਜ਼ਮੀਨ 'ਚ ਸਫੈਦੇ ਆ ਜੀ, ਅਤੇ ਵੱਕਫ ਬੋਰਡ ਦੀ ਜ਼ਮੀਨ ਮੇਰੇ ਕੋਲ ਪਟੇ 'ਤੇ ਆਈ 99 ਸਾਲ ਵਾਸਤੇ ਜੀ, ਅਤੇ ਅਸੀਂ ਸਫੈਦੇ ਲਾਏ ਜੀ ਇਹਦੇ ਵਿੱਚ, ਪੰਚਾਇਤੀ ਜ਼ਮੀਨ ਵੀ ਅੱਜ ਤੋਂ 8 ਸਾਲ ਪਹਿਲਾਂ ਮੇਰੇ ਕੋਲ ਠੇਕੇ 'ਤੇ ਆਈ ਆ ਰਹੀ। ਚੋਰੀ ਦਾ ਮਾਮਲਾ ਜੀ ਇਹ, ਕਾਰਵਾਈ ਸਾਡੇ ਸਾਹਮਣੇ ਪਰਚਾ ਹੋਣਾ ਚਾਹੀਦਾ ਜੀ ਇਹਨਾਂ ਬੰਦਿਆਂ 'ਤੇ ਜੀ, ਅਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਉੱਧਰ ਦੂਜੇ ਪਾਸੇ ਜਦ ਦੂਜੀ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਾਰੇ ਮਾਮਲੇ ਨੂੰ ਇੱਕ ਸੋਚੀ ਸਮਝੀ ਸਾਜਿਸ਼ ਦਾ ਕਰਾਰ ਦਿੱਤਾ। ਉਹਨਾਂ ਆਖਿਆ ਕਿ ਸਫੈਦੇ ਉਕਤ ਲੋਕਾਂ ਦੀ ਰਜ਼ਾਮੰਦੀ ਦੇ ਨਾਲ ਹੀ ਕੱਟੇ ਗਏ ਨੇ ਅਤੇ ਹੁਣ ਉਹਨਾਂ ਨੂੰ ਨਜਾਇਜ਼ ਤਰੀਕੇ ਦੇ ਨਾਲ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜੀ। ਅਸਲ 'ਚ ਮਾਮਲਾ ਇਹ ਹੈ ਜੀ, ਸਾਡੇ ਇਸ 'ਤੇ ਨਾ ਇਸ ਰਕਬਾ ਜਿਹੜਾ ਵੱਕ ਬੋਰਡ ਦਾ ਸੀ ਨਾ ਜੀ, ਸਾਡੇ ਕੋਲ ਇੱਕ ਕਿੱਲਾ ਜਿਹੜਾ ਨਾ ਤਕਰੀਬਨ ਅੱਜ ਤੋਂ 70-75 ਸਾਲ ਪਹਿਲਾਂ ਸਾਡੇ ਪਿਓ ਦਾਦੇ ਵੇਲੇ ਦਾ ਸਾਡੇ ਕੋਲ ਕਬਜ਼ਾ ਸੀ ਇਹਦਾ। ਇਸ ਕਬਜ਼ੇ ਵਿੱਚ ਆ ਕੇ ਇਹਨਾਂ ਨੇ ਵੱਕ ਬੋਰਡ ਦੀ ਜਿਹੜੀ ਨਾ ਜੀ ਉਹ ਠੇਕੇ 'ਤੇ ਜ਼ਮੀਨ ਅਲਾਟ ਕਰਾ ਲਈ। ਉਹਨਾਂ ਨੇ ਇਹਨਾਂ ਦੇ ਕਹਿਣ 'ਤੇ ਅਸੀਂ ਜਿਹੜਾ ਨਾ ਜੀ ਜੋ ਜਿਹੜੇ ਕਿੱਲੇ ਦੀ ਜਗ੍ਹਾ ਇਹਨਾਂ ਨੂੰ 6 ਕਨਾਲਾ ਜਗ੍ਹਾ ਛੱਡ ਦਿੱਤੀ ਸਾਡੇ ਬਜ਼ੁਰਗਾਂ ਨੇ, ਅਤੇ 2 ਕਨਾਲਾ ਸਿਰਫ ਰੱਖ ਦਿੱਤੇ ਨੇ, ਚਲੋ ਤੁਸੀਂ 2 ਕਨਾਲਾ ਰੱਖ ਲਓ। ਉਸ ਦੇ ਵਿੱਚ ਅਸੀਂ ਅੱਜ ਤੋਂ ਮੇਰੇ ਖਿਆਲ 50 ਸਾਲ ਪਹਿਲਾਂ ਇਹਦੀ ਕਾਸ਼ਤ ਕਰਨੇ ਆ, ਗੁਰਦੌਰੀ ਵੀ ਸਾਡੇ ਨਾਲ ਅਤੇ ਕਾਸ਼ਤ ਕਰਨੇ ਆ ਜੀ। ਇਹਨਾਂ ਨੇ ਨਾ ਜੀ ਅਸੀਂ ਸਫੈਦੇ ਲਾਏ,
सफेदियां दे विच इन्हां ने पहला साडे नाल धक्का किया जी, इन्हां ने इन्हां दा इधर रकबा इधर सी ते दूजे पासे रकबा इधर सी। इन्होंने की किया जी सानू, इन्होंने साडे विचों रकबे दे विचों जी इन्होंने दो चार खाले बनाते, ऐं भी सज्जे भी खब्बे भी तो बराबर ते भी इस तरह की। असी जी इन्हां कोल गए भी तुसीं खाले जिहड़े गलत बनाए ने, खाला एक तुसीं लै लो साइड तो लै लो, सानू कोई तराई नहीं, ਚਲੋ ਪਾਣੀ ਤਾਂ ਲਾਣਾ ਹੀ ਤਾਂ ਲਾ ਲਓ। ਇਸ ਮਾਮਲੇ 'ਤੇ ਜਦ ਜਲਾਲਾਬਾਦ ਸਬ ਡਿਵੀਜ਼ਨ ਦੇ ਡੀ ਐੱਸ ਪੀ ਬਲਵਿੰਦਰ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਜ਼ਮੀਨ ਪੰਚਾਇਤੀ ਹੈ, ਇਸ ਦੀ ਤਸਦੀਕ ਵਿਭਾਗ ਦੇ ਵੱਲੋਂ ਕੀਤੀ ਜਾਣੀ ਹੈ। ਇਸ ਨਾਲ ਹੀ ਡੀ ਐੱਸ ਪੀ ਬਲਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਕੋਲੋਂ ਵਿਭਾਗ ਦੇ ਵੱਲੋਂ ਸ਼ਿਕਾਇਤ ਆਏਗੀ ਤਾਂ ਇਸ ਦੀ ਬਣਦੀ ਕਾਰਵਾਈ ਕੀਤੀ ਜਾਵੇਗੀ। ਜਦ ਪੁਲਿਸ ਨੂੰ ਤਲਾਹ ਮਿਲੀ ਤਾਂ ਮੌਕੇ 'ਤੇ ਪੁਲਿਸ ਪਹੁੰਚਦੀ ਹੈ ਤੇ ਚੋਰ ਭੱਜ ਜਾਂਦੇ ਹੈ, ਲੇਕਿਨ ਹਫ਼ਤਾ ਕਰੀਬ ਬੀਤਣ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਹੁੰਦੀ। ਦੇਖੋ ਪਹਿਲਾਂ ਤਾਂ ਉਹਨੂੰ ਅਪਰੂਵ ਕਰਨਾ ਪਏਗਾ ਵੀ ਇਹ ਪੰਚਾਇਤੀ ਜ਼ਮੀਨ ਹੈ, ਪੰਚਾਇਤ ਅਫਸਰ ਜਿਹੜਾ ਹੈਗਾ ਉਹਦੇ ਉੱਤੇ ਉਹਦੀ ਰਿਪੋਰਟ ਕਰੇ ਬਕਾਇਦਾ, ਅਤੇ ਸਾਡੇ ਆਪਣੇ ਅਫਸਰਾਂ ਦੇ ਸੀਨੀਅਰ ਅਫਸਰਾਂ ਦੇ ਥਰੂ ਸਾਡੇ ਐੱਸ ਐੱਸ ਪੀ ਸਾਹਿਬ ਨੂੰ ਰਿਪੋਰਟ ਭੇਜੇ, ਤਾਂ ਉਹਦੇ ਉੱਤੇ ਅਸੀਂ ਜਿਹੜੀ ਵੀ ਕਾਰਵਾਈ ਬਣਦੀ ਹੋਏਗੀ ਉਹ ਜ਼ਰੂਰ ਕਰਾਂਗੇ। ਪਰ ਇਹਨਾਂ ਦਾ ਫਰਜ਼ ਬਣਦਾ ਹੈਗਾ ਵੀ ਆਪਣੀ ਮਾਲਕੀ ਜਿਹੜੀ ਪੰਚਾਇਤ ਦੀ ਹੈਗੀ ਆ ਜ਼ਮੀਨ ਹੈ ਉਹ ਸਾਬਤ ਕਰਕੇ ਅਤੇ ਉਹਨੂੰ ਮਹਿਕਮਾਨਾ ਜਿਹੜਾ ਹੈਗਾ ਉਹ ਸਾਨੂੰ ਲਿਖ ਕੇ ਭੇਜੇ, ਉਹ ਜਿਹੜੀ ਪੁਲਿਸ ਦੇ ਕਰਨ ਵਾਲੀ ਕਾਰਵਾਈ ਹੋਏਗੀ ਫਿਰ ਅਸੀਂ ਜ਼ਰੂਰ ਕਰਾਂਗੇ। ਲਿਹਾਜ਼ਾ ਪੂਰੇ ਮਾਮਲੇ ਦੇ ਵਿੱਚ ਦੋਵਾਂ ਧਿਰਾਂ ਦੇ ਇੱਕ ਦੂਸਰੇ ਤੇ ਦੋਸ਼ ਲਾਉਂਦੀਆਂ ਹੋਈਆਂ ਦਿਖਾਈ ਦੇ ਰਹੀਆਂ, ਪਰ ਜੇਕਰ ਦਰਖਤ ਚੋਰੀ ਨਹੀਂ ਕੀਤੇ ਜਾ ਰਹੇ ਸਨ ਤਾਂ ਫਿਰ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਛੱਡ ਕੇ ਭੱਜਣ ਦੇ ਵੀ ਕਈ ਸਵਾਲ ਖੜੇ ਹੁੰਦੇ ਨੇ। ਫਿਲਹਾਲ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਸ ਮਾਮਲੇ ਦੇ ਵਿੱਚ ਦੋਸ਼ੀ ਕੌਣ ਹੈ। ਜਲਾਲਾਬਾਦ ਤੋਂ ਅਰਵਿੰਦਰ ਪਾਲ ਤਨੇਜਾ ਦੀ ਰਿਪੋਰਟ।